ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆ ਨੇੜਲੇ ਪਿੰਡ ਬੜਾ ਪਿੰਡ ਦੇ ਇੱਕ ਲੜਕੇ ਨਾਲ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਠੱਗੀ ਦਾ ਸ਼ਿਕਾਰ ਹੋਏ ਬੜਾ ਪਿੰਡ ਦੇ ਰਹਿਣ ਵਾਲੇ ਅਮਿਤ ਕੁਮਾਰ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਦੀ ਦੁਪਹਿਰ 1 ਵਜੇ ਦੇ ਕਰੀਬ ਉਸਨੂੰ ਉਸਦੇ ਮੋਬਾਈਲ 'ਤੇ ਕਾਲ ਆਈ ਅਤੇ ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਤੁਹਾਡਾ ਏਟੀਐਮ ਕਾਰਡ ਬੰਦ ਹੋ ਗਿਆ ਹੈ, ਇਸ ਨੂੰ ਚਾਲੂ ਰੱਖਣ ਲਈ ਏਟੀਐਮ ਕਾਰਡ ਦਾ ਨੰਬਰ ਦੱਸੋ। ਜਦ ਉਸਨੇ ਨੰਬਰ ਦੱਸ ਦਿੱਤਾ ਤਾਂ ਉਕਤ ਵਿਅਕਤੀ ਨੇ ਕਿਹਾ ਕਿ ਤੁਹਾਡੇ ਫੋਨ 'ਤੇ ਜੋ OTP ਨੰਬਰ ਆਇਆ ਹੈ ਉਹ ਵੀ ਦੱਸੋ। ਉਸਨੇ OTP ਨੰਬਰ ਵੀ ਦੱਸ ਦਿੱਤਾ। ਥੋੜ੍ਹੀ ਦੇਰ ਬਾਅਦ ਉਕਤ ਵਿਅਕਤੀ ਨੇ ਫਿਰ ਤੋਂ OTP ਨੰਬਰ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਸਨੇ ਆਪਣੇ ਮੋਬਾਈਲ 'ਤੇ ਮੈਸੇਜ ਦੇਖਿਆ ਤਾਂ ਉਸਦੇ ਖਾਤੇ ਵਿੱਚੋਂ 13,499 ਰੁਪਏ ਨਿਕਲ ਗਏ ਸਨ। ਜਦ ਉਸਨੇ ਇਸ ਸੰਬੰਧੀ ਗੁਰਾਇਆ ਵਿਖੇ HDFC ਬ੍ਰਾਂਚ ਵਿੱਚ ਜਾ ਕੇ ਸੰਪਰਕ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਡੇਢ ਕੁ ਵਜੇ ਤੱਕ ਤਕਰੀਬਨ ਕਹਿੰਦੇ ਸੀ HDFC ਬੈਂਕ ਤੋਂ ਬੋਲਦੇ ਹਾਂ, ਅਮਿਤ ਬੋਲਦਾ ਮੈਂ ਲੁਧਿਆਣੇ ਤੋਂ, ਅਤੇ ਫਿਰ ਉਹਨਾਂ ਨੇ ਕਹਿੰਦੇ ਵੀ ਤੁਹਾਡਾ ATM ਕਾਰਡ ਬਲੌਕ ਕਰਤੀ ਐਕਟੀਵੇਟ ਕਰ ਦਿੱਤਾ ਆ, ਵੀ ਉਹਨੂੰ ਵੀ ਐਕਟੀਵੇਟ ਕਰਵਾਉਣਾ ਚਾਹੁੰਦੇ ਹੋ, ਫਿਰ ਮੈਂ ਧਿਆਨ ਦੇ ਕਰਵਾਉਂਦਾ। ਫਿਰ ਉਹਨਾਂ ਨੇ ਮੈਨੂੰ ATM ਕਾਰਡ ਨੰਬਰ ਮੰਗਿਆ, ਕਹਿੰਦਾ ਕਹਿੰਦਾ ATM ਹੈਗਾ, ਮੈਂ ਕਹਿੰਦੀ ਹਾਂਜੀ ਹੈਗਾ ਆ। ਫਿਰ ਉਸ ਤੋਂ ਬਾਅਦ ਕਹਿੰਦੇ ਉਹਦੇ ATM ਦੇ 16 ਨੰਬਰ ਪਿੰਨ ਹੁੰਦਾ, ਵੀ ਸਾਨੂੰ ਉਹ ਲਿਖਵਾ ਦਿਓ ਤਾਂ ਸਾਡਾ ਵੀ ਕਹਿੰਦੇ ਕਿ ਐਕਟੀਵੇਟ ਹੋ ਜਾਣਾ ਆ, ਅਤੇ ਮੈਂ ਲਿਖਾ ਦਿੱਤਾ। ਫਿਰ ਉਹ ਕਹਿੰਦਾ ਲਾਈਨ 'ਤੇ ਬਣੇ ਰਹੋ, ਡਾਕੂਮੈਂਟ ਲਾਈਨ 'ਤੇ ਬਣੇ ਰਹੇ, ਵੀ ਉਹਨਾਂ ਦਾ ਜਾਣੀ ਕਿ ਜਵਾਬ ਉੱਧਰੋਂ ਆਇਆ, ਮੈਂ ਤੁਹਾਨੂੰ ਇੱਕ OTP ਆਇਆ ਆ, ਮੈਂ OTP ਦੱਸਿਆ ਉਹਨਾਂ ਨੂੰ, ਦਿਖਾ ਦਿੱਤਾ। ਫਿਰ ਮੈਨੂੰ ਮੈਸੇਜ ਆਇਆ ਵੀ ਸਾਡੇ ਇੰਨੇ ਪੈਸੇ ਬੈਂਕ ਕੱਟ ਹੋ ਗਏ ਆ। ਫਿਰ ਮੈਂ ਉਹਨਾਂ ਨੂੰ ਦਬ ਕੇ ਬੋਲਿਆ ਵੀ ਪੈਸੇ ਕੱਟ ਕੱਟੇ ਆ, ਵੀ ਉਹ ਬੋਲਦੇ ਕਹਿੰਦੇ ਨਹੀਂ ਜੀ ਸਾਡਾ ਕੋਈ ਪੈਸਾ ਨਹੀਂ, ਕੱਟ ਹੋਇਆ, ਵੀ ਟੈਂਸ਼ਨ ਬੇਫਿਕਰ ਹੋ, ਅਸੀਂ ਕੱਲ੍ਹ ਨੂੰ ਤੁਹਾਨੂੰ ਦੱਸਾਂਗੇ। ਫਿਰ ਉਸ ਤੋਂ ਬਾਅਦ ਫਿਰ ਕਹਿੰਦੇ ਲਾਈਨ 'ਤੇ ਬਣੇ ਰਹੋ, ਫਿਰ ਕਹਿੰਦੇ ਸਾਡਾ ਕੋਈ ਲਾਈਨ 'ਚ ਪ੍ਰੋਬਲਮ ਆ। ਫਿਰ ਦੁਬਾਰਾ ਇੱਕ OTP ਆਇਆ, ਫਿਰ ਮੈਂ ਉਹਨੂੰ ਦੱਸਿਆ OTP ਦੁਬਾਰਾ ਇੱਕ ਹੋਰ, ਫਿਰ ਦੁਬਾਰਾ ਇੱਕ ਕਦੇ ਮੈਸੇਜ ਆਇਆ ਪੈਸੇ ਕੱਟਣ ਦਾ, ਇੱਕ ਮੈਂ ਕਿਹਾ ਫਿਰ ਪੈਸੇ ਕੱਟ, ਕਹਿੰਦੇ ਪੈਸੇ ਪੈਸੇ ਸਾਡੇ ਖਾਤੇ 'ਚੋਂ ਕੱਟ ਆਉਂਦੇ। 13,400 ਕੁਛ ਰੁਪਇਆ ਬੈਂਕ ਵਾਲੇ ਕਹਿੰਦੇ ਵੀ ਇਹ ਤਾਂ ਫਰੋਡ ਵਾਲਾ ਕੰਮ ਆ, ਫਰੋਡ ਵਾਲਾ ਕੰਮ, ਇਹਦੇ ਵਿੱਚ ਹੁਣ ਸਾਡਾ ਆਪਣਾ ਕੋਈ ਹੈ ਨਹੀਂ।